guys, I hope you are all well. So, yaar, aaj assi kale rang de motorcycle de bare gal karan ja rahe hain. Haan ji, kale rang de motorcycle de bare gal karan ja rahe hain. Te lal rang da motorcycle tusi dekh chuke hovoge. Te bhai, gal karan da maqsad eh hai ki kala rang kadi vi nahi vekda. Kala rang loki lende nahi jidi resale value nahi ghat hai. 2000 kinu dukhda apna. ਠੀਕ ਹੈ ਜੀ, ਇਸੇ ਵਜ੍ਹਾ ਤੋਂ ਵਾਮ ਲੈਂਦੀ ਨਹੀਂ, ਭਾਵੇਂ ਵਾਮ ਨੂੰ ਪਸੰਦ ਆਏ ਵਾਮ ਨਹੀਂ ਲੈਂਦੀ, ਕਹਿੰਦੇ ਅਸੀਂ ਵੇਚਣਾ ਕੱਲ੍ਹ ਨੂੰ ਅਤੇ ਸਾਡਾ ਮੋਟਰਸਾਈਕਲ ਨਹੀਂ ਵਿਕਣਾ। ਇਹ ਹੀ ਵਜ੍ਹਾ ਕਿ ਕਾਲਾ ਰੰਗ ਸੇਲ ਨਹੀਂ ਹੁੰਦੀ। ਦੂਜੀ ਵਜ੍ਹਾ ਇਹ ਆ ਕਿ ਕਾਲੇ ਰੰਗ 'ਤੇ ਕੋਈ ਵੀ ਚੰਗਾ ਗ੍ਰਾਫਿਕ ਨਹੀਂ ਅੱਜ ਤੱਕ ਮੈਂ ਦੇਖਿਆ। ਅਤੇ ਦੂਸਰੇ ਨੰਬਰ 'ਤੇ ਤੁਸੀਂ ਆਹ ਗ੍ਰਾਫਿਕ ਦੇਖ ਸਕਦੇ ਜੋ, ਇਹ ਵੀ ਗ੍ਰਾਫਿਕ ਬਾ ਨਾਰਮਲ ਹੀ ਆ ਯਾਰ, ਏਡਾ ਖਾਸ ਕੋਈ ਨਹੀਂ ਹੈ। ਲੇਕਿਨ ਵਾਮ ਕਾਲਾ ਰੰਗ ਇੱਕ ਵੀ ਨਹੀਂ ਲੈ ਰਹੀ ਅਤੇ 70 ਲਾਲ ਰੰਗ 'ਚ ਇੰਨੀ ਕੁ ਵੇਚ ਰਹੀ ਸੀ, ਤੁਹਾਡੀ ਸੋਚ ਆ। ਅਤੇ ਦੂਜੇ ਨੰਬਰ 'ਤੇ ਤੁਸੀਂ ਇਹਦਾ ਪੈਡ ਵਗੈਰਾ ਮੈਂ ਤੁਹਾਨੂੰ ਲਾਲ ਕਲਰ ਦੀ ਮੋਟਰਸਾਈਕਲ 'ਚ ਵਿਖਾਇਆ। ਅਗਰ ਤੁਸੀਂ ਉਹ ਰਿਵਿਊ ਨਹੀਂ ਦੇਖਿਆ ਤਾਂ ਉਹ ਜਾ ਕੇ ਦੇਖੋ। ਉਹ 'ਚ ਮੈਂ ਤੁਹਾਡੇ ਬੜਾ ਬਰੀਕੀ 'ਚ ਸ਼ੈਵਾਂ ਦਿਖਾਈਆਂ ਕਿ ਯਾਰ ਆਹ ਸ਼ੈ ਮਾੜੀ ਆ ਇਹਦੀ। ਦੂਜੇ ਨੰਬਰ 'ਤੇ ਇਹਦੀਆਂ ਵੀ ਸੇਮ ਉਹ ਹੀ ਚੀਜ਼ ਸੀ। ਅਗਰ ਅਸੀਂ ਦੋਵਾਂ 'ਚ ਚੇਂਜਿੰਗ ਦੀ ਗੱਲ ਕਰੀਏ ਤਾਂ ਟਾਇਰਾਂ ਦਾ ਥੋੜ੍ਹਾ ਜਿਹਾ ਫਰਕ ਹੁੰਦਾ, ਕੰਪਨੀ ਦਾ ਫਰਕ ਹੁੰਦਾ, ਬਾਕੀ ਤਕਰੀਬਨ ਸਾਰੀ ਬਾਈਕ ਸੇਮ ਆ। ਅਤੇ ਉਸ ਤੋਂ ਬਾਅਦ ਤੁਸੀਂ ਦੇਖ ਸਕਦੇ ਜੋ ਇਹ ਬਾਈਕ ਦੀ ਜਿਹੜੀ ਸ਼ਾਈਨ ਸੀ ਉਹ ਥੋੜ੍ਹੀ ਜਿਹੀ ਡੱਲ ਹੋ ਜਾਂਦੀ ਕਿਉਂਕਿ ਕਾਲੇ ਕਲਰ 'ਤੇ ਘੱਟਾ ਜ਼ਿਆਦਾ ਪੈ ਜਾਂਦਾ, ਇਸ ਵਜ੍ਹਾ ਤੋਂ ਵੀ ਵਾਮ ਨਹੀਂ ਲੈਂਦੀ। ਦੂਜੇ ਨੰਬਰ 'ਤੇ ਤੁਹਾਨੂੰ ਹੁੰਡਾ ਦੀ ਮੋਟਰਸਾਈਕਲ ਕਿੱਦਾਂ ਦੀ ਲੱਗੀ? ਯਾਰ ਮੈਨੂੰ ਤਾਂ ਮਾਸਾ ਨਹੀਂ ਸੋਹਣੀ ਲੱਗੀ। ਪਿਛਲੀ ਵੀਡੀਓ 'ਚ ਮੈਂ ਮਤਲਬ 2020 ਦੀ ਵੀਡੀਓ 'ਚ ਜਿਹੜੇ ਬਾਈਕ ਸੀ ਉਹਨਾਂ 'ਤੇ ਥੋੜ੍ਹਾ ਜਿਹਾ ਜ਼ਰਾ ਇਮੋਸ਼ਨਲ ਹੋ ਗਿਆ ਸੀ, ਆਪਣੇ ਦਿਲ ਦੀਆਂ ਗੱਲਾਂ ਕਰ ਛੱਡੀਆਂ ਸੀ। ਅਤੇ ਜਿਹੜੇ ਹੁੰਡਾ ਲਵਰ ਸੀ ਉਹ ਮੈਨੂੰ ਭਾਈ ਆਣ ਕੇ ਗਾਲਾਂ ਕੱਢਦੇ ਸੀ ਜੇ ਮੈਂ ਹੁੰਡਾ ਵਾਲਿਆਂ ਨੂੰ ਇੱਕ ਕੱਢੀ ਸੀ ਅਤੇ ਉਹ ਮੈਨੂੰ ਆਣ ਕੇ 10 ਕੱਢਦੇ ਸੀ। ਅਤੇ ਇਸ ਵਜ੍ਹਾ ਤੋਂ ਮੈਂ ਐਰ ਕਿ ਪੂਰਾ ਆਪਣੇ ਆਪ 'ਤੇ ਕੰਟਰੋਲ ਕਰ ਰਿਹਾ, ਆਪਣੇ ਦਿਲ ਦੀ ਫੀਲਿੰਗ ਨਹੀਂ ਦੱਸ ਰਿਹਾ ਤੁਹਾਨੂੰ। ਨਹੀਂ ਮੈਂ ਕਿਹਾ ਉਹ ਨਾ ਮੈਨੂੰ ਵੀ ਗਾਲਾਂ ਪੈਣ ਮੁੜ ਕੇ, ਅਤੇ ਮੈਂ ਤਾਂ ਗੰਦਾ ਹੋਣਾ ਹੀ ਆ, ਤੁਸੀਂ ਲਾਜ਼ਮੀ ਗੰਦੇ ਹੋਵੋ। ਅਤੇ ਯਾਰ ਇਹ ਗੱਲ ਕਰਨ ਦਾ ਮਕਸਦ ਇਹ ਆ, ਤੁਹਾਨੂੰ ਜਿੱਦਾਂ ਦਾ ਵੀ ਲੱਗਾ ਭਾਈ ਤੁਸੀਂ ਲੈਣਾ ਮੈਂ ਲੈਣਾ। ਮੇਰੀ ਸੁਜੈਸ਼ਨ ਇਹ ਹੀ ਹੈ ਕਿ ਮੋਟਰਸਾਈਕਲ ਅਗਰ ਤੁਹਾਡੇ ਕੋਲ ਪੁਰਾਣੀ ਕੋਈ ਪਈ ਹੈ, ਮੇਰਾ ਭਰਾ 2-3 ਹਜ਼ਾਰ ਉਹਨੂੰ ਲਾ ਕੇ ਸੈੱਟ ਕਰਾ ਲਓ, ਕਿਉਂਕਿ ਨਵੀਂ ਮੋਟਰਸਾਈਕਲ ਬਹੁਤ ਹਲਕੀ ਆ ਰਹੀ ਹੈ, ਇਹਦਾ ਵੇਟ ਬਹੁਤ ਘੱਟ ਆ ਰਿਹਾ। ਮਤਲਬ ਬਾਈਕ ਇੱਦਾਂ ਹਿਲਾਈ ਹੈ ਨਾ ਜਦੋਂ, ਇੱਦਾਂ ਹੀ ਲੱਗਦਾ ਜਿੱਦਾਂ ਹਵਾ 'ਚ ਛਾਪਰ ਫੜਿਆ ਹੁੰਦਾ ਤੁਸੀਂ। ਬਸ ਜਿਹੜਾ ਹਵਾ ਦਾ ਹੀ ਜ਼ੋਰ ਆ, ਥੋੜ੍ਹਾ ਜਿਹਾ ਉਹ ਹੀ ਜ਼ੋਰ ਆ। ਬਾਈਕ ਦੀ ਮਾਸਾ ਕੁਆਲਿਟੀ ਨਹੀਂ ਪਸੰਦ ਆਈ ਮੈਨੂੰ, ਹੁਣ ਪਤਾ ਨਹੀਂ ਕੀ ਵਜ੍ਹਾ ਜੀ ਪਾਕਿਸਤਾਨ 'ਚ ਹੋ ਰਿਹਾ। 2021 ਆ ਗਿਆ ਅਤੇ ਮੋਟਰਸਾਈਕਲ ਉਹ ਸਾਨੂੰ 1947 ਵਾਲੀ ਚੱਲਣ ਡੀ ਆ। ਅਤੇ ਭਾਈ ਤੁਹਾਨੂੰ ਤਾਂ ਚੰਗੀ ਲੱਗੀ ਹੋਏਗੀ ਵੀਡੀਓ ਵੀ ਅਤੇ ਮੋਟਰਸਾਈਕਲ ਵੀ। ਅਤੇ ਚਲੋ ਜੀ, ਅੱਲਾ ਹਾਫਿਜ਼, ਮਿਲਦੇ ਹਾਂ ਨੈਕਸਟ ਵੀਡੀਓ 'ਚ। ਅਤੇ ਇਨਸ਼ਾਅੱਲਾ ਮੈਂ ਤੁਹਾਨੂੰ ਹੁੰਡਾ ਪ੍ਰਾਈਡਰ ਅਤੇ ਹੁੰਡਾ ਸੀਡੀ ਇਹ ਡਰੀਮ ਜਿੰਨੀਆਂ ਵੀ ਮੋਟਰਸਾਈਕਲਾਂ ਆਉਣ ਵਾਲੀਆਂ 125 ਆਉਣ ਵਾਲਾ, ਇਨਸ਼ਾਅੱਲਾ ਤੁਹਾਨੂੰ ਸਭ ਤੋਂ ਪਹਿਲੇ ਵੀਡੀਓ ਪ੍ਰੋਵਾਈਡ ਕਰਾਂਗੇ। ਤੁਸੀਂ ਮੇਰੇ ਚੈਨਲ ਨੂੰ ਸਬਸਕ੍ਰਾਈਬ ਕਰ ਸਕਦੇ ਜੋ। ਮਿਲਦੇ ਹਾਂ ਨੈਕਸਟ ਵੀਡੀਓ 'ਚ।